ਕਿਸਾਨ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਕਣਕ ਦੀ ਫਸਲ ਦੇ ਵਿੱਚ ਗੰਧਕ ਦੀ ਘਾਟ, ਜਿਹਨੂੰ ਅਸੀਂ ਸਲਫਰ ਦੀ ਘਾਟ ਵੀ ਕਹਿੰਦੇ ਹਾਂ। ਅਤੇ ਇਸ ਤੱਤ ਦੀਆਂ ਘਾਟ ਦੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਸਭ ਤੋਂ ਨਵੇਂ ਪੱਤਿਆਂ 'ਤੇ ਦਿਖਾਈ ਦਿੰਦੀਆਂ। ਸ਼ੁਰੂ ਵਿੱਚ ਜਿਹੜਾ ਪੱਤਿਆਂ ਦਾ ਰੰਗ ਹੈ ਉਹ ਉਹਨਾਂ ਦਾ ਹਰਾਪਣ ਉਹ ਥੋੜ੍ਹਾ ਜਿਹਾ ਘਟਣਾ ਸ਼ੁਰੂ ਹੁੰਦਾ ਹੈ, ਅਤੇ ਹੌਲੀ ਹੌਲੀ ਇਹ ਪੌਦੇ ਜਿਹੜੇ ਉਹ ਪੀਲੇ ਪੈ ਜਾਂਦੇ ਹੈ। ਅਤੇ ਪਰ ਇਹਦੀ ਇੱਕ ਵੱਖਰਾਪਣ ਇਹ ਹੈਗਾ ਵੀ ਭਾਵੇਂ ਪੌਦਿਆਂ ਦੇ ਪੱਤੇ ਉਹ ਪੀਲੇ ਪੈ ਜਾਂਦੇ ਹੈ, ਪਰ ਨੋਕ ਹੈ ਉਹ ਹਰੀ ਰਹਿੰਦੀ ਹੈ। ਅਤੇ ਜਦੋਂ ਜ਼ਿਆਦਾ ਘਾਟ ਆ ਜਾਂਦੀ ਹੈ ਫਿਰ ਪੂਰੇ ਦਾ ਪੂਰਾ ਹੀ ਜਿਹੜਾ ਪੌਦਾ ਉਹ ਪੀਲਾ ਦੱਸਣ ਲੱਗ ਜਾਂਦਾ ਹੈ, ਅਤੇ ਪੌਦਿਆਂ ਦਾ ਵਾਧਾ ਰੁਕ ਜਾਂਦਾ ਅਤੇ ਪੌਦੇ ਮਧਰੇ ਰਹਿ ਜਾਂਦੇ ਹੈ। ਕਿਸਾਨ ਦੋਸਤੋ, ਹੁਣ ਸਵਾਲ ਪੈਦਾ ਹੁੰਦਾ ਕਿ ਕਣਕ ਦੇ ਵਿੱਚ ਸਲਫਰ ਦੀ ਘਾਟ ਦੀ ਪੂਰਤੀ ਕਿਵੇਂ ਕੀਤੀ ਜਾਵੇ। ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਤਾਂ ਇਹ ਹੈ ਵੀ ਬੀਜਣ ਵੇਲੇ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰੋ, ਜਾਂ 100 ਕਿਲੋ ਜਿਪਸਮ ਜਾਂ 18 ਕਿਲੋ ਬੈਟੋਨਾਈਟ ਸਲਫਰ 90% ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਪਾ ਦਿਓ। ਅਤੇ ਜੇਕਰ ਖੜ੍ਹੀ ਫਸਲ ਦੇ ਵਿੱਚ ਵੀ ਘਾਟ ਆਉਂਦੀ ਹੈ ਤਾਂ ਉਹਦੇ ਲਈ ਵੀ ਇਹੋ ਸਿਫਾਰਿਸ਼ ਹੈ ਕਿ ਜਿਹੜਾ 100 ਕਿਲੋ ਜਿਪਸਮ ਅਸੀਂ ਤੋੜ ਸਕਦੇ ਹਾਂ, ਪਰ ਉਹਦੀ ਸਮੱਸਿਆ ਇਹ ਬਣਦੀ ਹੈ ਕਿ ਉਹ ਤਰੇੜ ਹੋਣ ਕਰਕੇ ਪੱਤਿਆਂ ਦੇ ਉੱਪਰ ਜੰਮ ਜਾਂਦਾ ਹੈ। ਇਸ ਲਈ ਸਿਫਾਰਿਸ਼ ਹੈ ਜਿਹੜਾ ਦਾਣੇਦਾਰ ਹੈ ਉਹ ਚਾਹੇ 10 ਕਿਲੋ ਹੀ ਪਾ ਦਿਓ, ਬੈਟੋਨਾਈਟ ਸਲਫਰ ਉਹਦੀ ਵਰਤੋਂ ਕਰੋ। ਅਤੇ ਕਈ ਰਿਸਰਚ ਪੇਪਰ ਦੱਸਦੇ ਆ ਵੀ ਇਹਦੀ ਫੋਲੀਅਰ ਸਪਰੇਅ ਵੀ ਕੀਤੀ ਜਾ ਸਕਦੀ ਹੈ, ਸੋ ਮਾਰਕੀਟ ਦੇ ਵਿੱਚ ਕੁਝ ਪ੍ਰੋਡਕਟ ਸਪਰੇਅ ਵਾਲੇ ਵੀ ਮੌਜੂਦ ਨੇ, ਉਹਦੀ ਵੀ ਤੁਸੀਂ ਵਰਤੋਂ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ, ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਸੁਣ ਸਿੰਘ ਕੇਸਰਵਾਲੀ ਨਾਲ।